ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ। ਵੱਡੀ ਖਬਰ ਜੁੜੀ ਹੈ ਬੀਜੇਪੀ ਦੇ ਨਾਲ। ਦੱਸ ਦਈਏ ਕਿ ਬੀਜੇਪੀ ਆਪਣਾ ਕੁਨਬਾ ਕਰ ਰਹੀ ਹੈ ਸਮੇਂ ਮਜ਼ਬੂਤ ਤੇ ਬੀਤੇ ਦਿਨੀ ਦੱਸ ਦਈਏ ਕਿ ਬੀਜੇਪੀ ਦੇ ਵੱਲੋਂ ਕੋਰ ਕਮੇਟੀ ਦੀ ਮੀਟਿੰਗ ਵੀ ਕੀਤੀ ਗਈ ਹੈ। ਤੋ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਹ ਇਹ ਹੈ ਕਿ ਪੰਜਾਬ ਦੇ ਕਈ ਨੇਤਾ ਵੀ ਜਿਹੜੇ ਇਸ ਵਿੱਚ ਮੀਟਿੰਗ 'ਚ ਮੌਜੂਦ ਰਹੇ ਸਨ ਅਤੇ ਇਸ ਮੀਟਿੰਗ ਦੇ ਵਿੱਚ ਜਿਹੜੀ ਹੈ ਚੋਣਾਂ ਨੂੰ ਲੈ ਕੇ ਜਿਹੜਾ ਗੱਲਬਾਤ ਜਾਰੀ ਵੀ ਰਹੀ ਅਤੇ ਹੁਣ ਕੀ ਇਸ ਮੀਟਿੰਗ ਦੇ ਨਤੀਜੇ ਸਾਹਮਣੇ ਆਉਂਦੇ ਨੇ ਇਹ ਤਾਂ ਸਮਾਂ ਹੀ ਦੱਸੇਗਾ। ਪਰ ਉੱਥੇ ਹੀ ਬੀਜੇਪੀ ਦੇ ਵੱਲੋਂ ਉਮੀਦਵਾਰਾਂ ਦੀ ਲਿਸਟ ਵੀ ਜਾਰੀ ਕੀਤੀ ਜਾ ਸਕਦੀ ਹੈ। ਅੱਜ ਸੂਤਰਾਂ ਦੇ ਹਵਾਲੇ ਤੋਂ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਹ ਇਹ ਹੈ ਕਿ ਬੀਜੇਪੀ ਵੀ ਜਿਹੜਾ ਹੁਣ ਆਪਣਾ ਹਰਕਤ ਦੇ ਵਿੱਚ ਆਉਂਦੀ ਨਜ਼ਰ ਆ ਰਹੀ ਹੈ। ਬੀਜੇਪੀ ਵੀ ਹੁਣ ਜਿਹੜਾ ਆਪਣੇ ਉਮੀਦਵਾਰਾਂ ਦੀ ਲਿਸਟ ਜਲਦ ਹੀ ਜਾਰੀ ਕਰ ਸਕਦੀ ਹੈ ਅਤੇ ਜੋ ਕਿਆਸ ਲਗਾਏ ਜਾ ਰਹੇ ਨੇ ਉਹ ਇਹੀ ਹੈ ਕਿ ਬੀਜੇਪੀ ਵੱਲੋਂ ਅੱਜ ਆਪਣੇ ਉਮੀਦਵਾਰਾਂ ਦੀ ਜਿਹੜੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਜਾਵੇਗੀ। ਹੁਣ ਵੇਖਣਾ ਇਹ ਹੋਵੇਗਾ ਕਿ ਬੀਜੇਪੀ ਦੇ ਵੱਲੋਂ ਕੀ ਅੱਜ ਸੂਚੀ ਜਾਰੀ ਕੀਤੀ ਜਾਵੇਗੀ ਜਾਂ ਨਹੀਂ। ਦੱਸ ਦਈਏ ਕਿ ਵਿਧਾਨ ਸਭਾ ਚੋਣਾਂ ਨਜ਼ਦੀਕ ਨੇ। ਇਸ ਸਮੇਂ ਸਾਰੀ ਸਿਆਸੀ ਪਾਰਟੀਆਂ ਹਰਕਤ ਦੇ ਵਿੱਚ ਨੇ। 20 ਫਰਵਰੀ ਨੂੰ ਚੋਣਾਂ ਹੋਣਗੀਆਂ, ਵੋਟਾਂ ਪੈਣਗੀਆਂ ਪੰਜਾਬ ਵਿਧਾਨ ਸਭਾ ਦੀਆਂ ਅਤੇ 10 ਮਾਰਚ ਨੂੰ ਨਤੀਜੇ ਐਲਾਨੇ ਜਾਣੇ ਨੇ। ਇਸ ਸਮੇਂ ਹਰ ਸਿਆਸੀ ਪਾਰਟੀ ਜੋ ਹੈ ਹਰਕਤ ਦੇ ਵਿੱਚ ਦਿਖਾਈ ਦੇ ਰਹੀ ਹੈ। ਉੱਥੇ ਹੀ ਬੀਜੇਪੀ ਦੇ ਵੱਲੋਂ ਵੀ ਜਿਹੜੇ ਹੈ ਸਾਹਮਣੇ ਆ ਰਹੀ ਹੈ ਖਬਰ ਕਿ ਅੱਜ ਬੀਜੇਪੀ ਵੱਲੋਂ ਵੀ ਆਪਣੀ ਸੂਚੀ ਜਿਹੜੀ ਉਮੀਦਵਾਰਾਂ ਦੀ ਜਾਰੀ ਕੀਤੀ ਜਾ ਸਕਦੀ ਹੈ। ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ। ਵੱਡੀ ਖਬਰ ਜੁੜੀ ਹੈ ਬੀਜੇਪੀ ਦੇ ਨਾਲ। ਦੱਸ ਦਈਏ ਕਿ ਬੀਜੇਪੀ ਆਪਣਾ ਕੁਨਬਾ ਕਰ ਰਹੀ ਹੈ ਸਮੇਂ ਮਜ਼ਬੂਤ ਤੇ ਬੀਤੇ ਦਿਨੀ ਦੱਸ ਦਈਏ ਕਿ ਬੀਜੇਪੀ ਦੇ ਵੱਲੋਂ ਕੋਰ ਕਮੇਟੀ ਦੀ ਮੀਟਿੰਗ ਵੀ ਕੀਤੀ ਗਈ ਹੈ। ਤੋ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਹ ਇਹ ਹੈ ਕਿ ਪੰਜਾਬ ਦੇ ਕਈ ਨੇਤਾ ਵੀ ਜਿਹੜੇ ਇਸ ਵਿੱਚ ਮੀਟਿੰਗ 'ਚ ਮੌਜੂਦ ਰਹੇ ਸਨ ਅਤੇ ਇਸ ਮੀਟਿੰਗ ਦੇ ਵਿੱਚ ਜਿਹੜੀ ਹੈ ਚੋਣਾਂ ਨੂੰ ਲੈ ਕੇ ਜਿਹੜਾ ਗੱਲਬਾਤ ਜਾਰੀ ਵੀ ਰਹੀ ਅਤੇ ਹੁਣ ਕੀ ਇਸ ਮੀਟਿੰਗ ਦੇ ਨਤੀਜੇ ਸਾਹਮਣੇ ਆਉਂਦੇ ਨੇ ਇਹ ਤਾਂ ਸਮਾਂ ਹੀ ਦੱਸੇਗਾ। ਪਰ ਉੱਥੇ ਹੀ ਬੀਜੇਪੀ ਦੇ ਵੱਲੋਂ ਉਮੀਦਵਾਰਾਂ ਦੀ ਲਿਸਟ ਵੀ ਜਾਰੀ ਕੀਤੀ ਜਾ ਸਕਦੀ ਹੈ। ਅੱਜ ਸੂਤਰਾਂ ਦੇ ਹਵਾਲੇ ਤੋਂ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਹ ਇਹ ਹੈ ਕਿ ਬੀਜੇਪੀ ਵੀ ਜਿਹੜਾ ਹੁਣ ਆਪਣਾ ਹਰਕਤ ਦੇ ਵਿੱਚ ਆਉਂਦੀ ਨਜ਼ਰ ਆ ਰਹੀ ਹੈ। ਬੀਜੇਪੀ ਵੀ ਹੁਣ ਜਿਹੜਾ ਆਪਣੇ ਉਮੀਦਵਾਰਾਂ ਦੀ ਲਿਸਟ ਜਲਦ ਹੀ ਜਾਰੀ ਕਰ ਸਕਦੀ ਹੈ ਅਤੇ ਜੋ ਕਿਆਸ ਲਗਾਏ ਜਾ ਰਹੇ ਨੇ ਉਹ ਇਹੀ ਹੈ ਕਿ ਬੀਜੇਪੀ ਵੱਲੋਂ ਅੱਜ ਆਪਣੇ ਉਮੀਦਵਾਰਾਂ ਦੀ ਜਿਹੜੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਜਾਵੇਗੀ। ਹੁਣ ਵੇਖਣਾ ਇਹ ਹੋਵੇਗਾ ਕਿ ਬੀਜੇਪੀ ਦੇ ਵੱਲੋਂ ਕੀ ਅੱਜ ਸੂਚੀ ਜਾਰੀ ਕੀਤੀ ਜਾਵੇਗੀ ਜਾਂ ਨਹੀਂ। ਦੱਸ ਦਈਏ ਕਿ ਵਿਧਾਨ ਸਭਾ ਚੋਣਾਂ ਨਜ਼ਦੀਕ ਨੇ। ਇਸ ਸਮੇਂ ਸਾਰੀ ਸਿਆਸੀ ਪਾਰਟੀਆਂ ਹਰਕਤ ਦੇ ਵਿੱਚ ਨੇ। 20 ਫਰਵਰੀ ਨੂੰ ਚੋਣਾਂ ਹੋਣਗੀਆਂ, ਵੋਟਾਂ ਪੈਣਗੀਆਂ ਪੰਜਾਬ ਵਿਧਾਨ ਸਭਾ ਦੀਆਂ ਅਤੇ 10 ਮਾਰਚ ਨੂੰ ਨਤੀਜੇ ਐਲਾਨੇ ਜਾਣੇ ਨੇ। ਇਸ ਸਮੇਂ ਹਰ ਸਿਆਸੀ ਪਾਰਟੀ ਜੋ ਹੈ ਹਰਕਤ ਦੇ ਵਿੱਚ ਦਿਖਾਈ ਦੇ ਰਹੀ ਹੈ। ਉੱਥੇ ਹੀ ਬੀਜੇਪੀ ਦੇ ਵੱਲੋਂ ਵੀ ਜਿਹੜੇ ਹੈ ਸਾਹਮਣੇ ਆ ਰਹੀ ਹੈ ਖਬਰ ਕਿ ਅੱਜ ਬੀਜੇਪੀ ਵੱਲੋਂ ਵੀ ਆਪਣੀ ਸੂਚੀ ਜਿਹੜੀ ਉਮੀਦਵਾਰਾਂ ਦੀ ਜਾਰੀ ਕੀਤੀ ਜਾ ਸਕਦੀ ਹੈ।